ਇੱਕ ਵਾਰ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਵਪਾਰੀ ਰਹਿੰਦਾ ਸੀ ਵਪਾਰੀ ਨੇ ਬਚਪਨ ਦੇ ਵਿੱਚ ਬਹੁਤ ਤੰਗੀਆਂ ਤੁਰਸ਼ੀਆਂ ਚੱਲੀਆਂ ਸਨ ਬੜੀ ਗਰੀਬੀ ਦੇਖੀ ਸੀ ਪਰ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਗਿਆ ਉਹ ਬਲਬੁੱਤੇ ਤੇ ਆਪਦੀ ਮਿਹਨਤ ਦੇ ਸਦਕਾ ਸਫਲਤਾ ਦੀ ਪੌੜੀ ਇੱਕ ਇੱਕ ਕਰਕੇ ਚੜਦਾ ਗਿਆ ਤੇ ਹੁਣ ਅਜਿਹਾ ਟਾਈਮ ਸੀ ਕਿ ਉਸ ਨੇ ਬਹੁਤ ਅਲੀਸ਼ਾਨ ਮਹਿਲ ਨੁਮਾ ਘਰ ਬਣਾਇਆ ਹੋਇਆ ਸੀ ਬਹੁਤ ਕਾਮਯਾਬ ਵਪਾਰੀ ਸੀ ਬਹੁਤ ਦੂਰ ਤੱਕ ਵਪਾਰ ਕਰਨ ਜਾਇਆ ਕਰਦਾ ਸੀ ਤਕਰੀਬਨ ਉਸ ਦੇ ਨੇੜੇ ਤੇੜੇ ਦੇ ਹਰੇਕ ਰਾਜ ਦੇ ਰਾਜੇ ਦੇ ਨਾਲ ਉਸ ਦੀ ਜਾਣ ਪਹਿਚਾਨ ਸੀ ਮੰਤਰੀਆਂ ਸੰਤਰੀਆਂ ਦੇ ਨਾਲ ਉਸ ਦੇ ਚੰਗੇ ਤਾਲੁਕਾਤ ਸਨ ਇਸੇ ਦੇ ਚਲਦਿਆਂ ਪ੍ਰਮਾਤਮਾ ਨੇ ਉਸ ਤੇ ਬੜੀ ਕਿਰਪਾ ਕੀਤੀ ਸੀ ਪ੍ਰਮਾਤਮਾ ਦੀ ਕਿਰਪਾ ਸਦਕਾ ਜਿਸ ਔਰਤ ਨਾਲ ਉਸ ਦਾ ਵਿਆਹ ਹੋਇਆ ਅਗੋਂ ਉਹ ਵੀ ਬਹੁਤ ਜ਼ਹੀਨ ਸੀ ਦਾਨਿਸ਼ਮੰਤ ਸੀ ਬਹੁਤ ਜਿਆਦਾ ਅਕਲਮੰਦ ਸੀ ਵਿਆਹ ਤੋਂ ਕੁਝ ਸਮਾਂ ਬਾਅਦ ਉਸ ਵਪਾਰੀ ਨੂੰ ਇੱਕ ਦੂਰ ਰਾਜ ਜਾਣਾ ਪੈਣਾ ਸੀ ਉੱਥੇ ਵੀ ਉਸਨੇ ਵਪਾਰ ਦੇ ਸਿਲਸਲੇ ਵਿੱਚ ਜਾਣਾ ਸੀ ਉਹਨਾਂ ਜਮਾਨਿਆਂ ਦੇ ਵਿੱਚ ਸਿਰਫ ਘੋੜੇ ਹੁੰਦੇ ਸਨ, ਊਠ ਹੁੰਦੇ ਸਨ, ਹਾਥੀ ਹੁੰਦੇ ਸਨ ਸਵਾਰੀ ਦੇ ਲਈ ਤੇ ਜਿਆਦਾ ਤੋਂ ਜਿਆਦਾ ਤੰਗੇ ਹੋਇਆ ਕਰਦੇ ਸਨ। ਕੋਈ ਬਹੁਤ ਤੇਜ਼ ਜਾਣ ਵਾਲੇ ਸਾਧ ਨਹੀਂ ਸਨ। ਸੋ ਇਸ ਵਾਰ ਜਦੋਂ ਉਸਨੇ ਵਪਾਰ ਕਰਨ ਲਈ ਜਾਣਾ ਸੀ ਤਾਂ ਉਸ ਨੂੰ ਲੰਮਾ ਅਰਸਾ ਲੱਗ ਜਾਣਾ ਸੀ। ਕਾਫੀ ਸਮੇਂ ਬਾਅਦ ਉਸਨੇ ਮੁੜਨਾ ਸੀ ਤੇ ਇਸੇ ਗੱਲ ਦੀ ਚਿੰਤਾ ਉਸ ਦੀ ਘਰ ਵਾਲੀ ਨੇ ਉਸ ਨਾਲ ਪ੍ਰਗਟਾਈ ਕਿ ਤੁਸੀਂ ਬਹੁਤ ਸਮੇਂ ਬਾਅਦ ਮੁੜਨਾ ਹੈ। ਤੁਸੀਂ ਕਿਵੇਂ ਹੋ, ਠੀਕ ਠਾਕ ਹੋ ਜਾਂ ਨਹੀਂ ਇਸ ਚੀਜ਼ ਦਾ ਮੈਨੂੰ ਕਿਵੇਂ ਪਤਾ ਲੱਗੇਗਾ? ਤਾਂ ਉਸ ਵਪਾਰੀ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਚਾਕੂ ਕੱਢ ਕੇ ਆਪਣੀ ਘਰਵਾਲੀ ਨੂੰ ਸੌਂਪ ਦਿੱਤਾ ਤੇ ਕਿਹਾ ਕਿ ਜੇ ਤਾਂ ਇਹ ਚਾਕੂ ਲਿਸ਼ਕ ਰਿਹਾ ਹੈ ਤਾਂ ਸਮਝ ਲਵੀਂ ਕਿ ਮੈਂ ਬਿਲਕੁਲ ਠੀਕ ਠਾਕ ਹਾਂ ਜੇ ਕਿਤੇ ਇਹ ਲਾਲ ਹੋਣ ਲੱਗ ਪਵੇ ਤਾਂ ਸਮਝੀ ਕਿ ਮੈਂ ਸਿਹਤਯਾਬ ਨਹੀਂ ਹਾਂ ਮੇਰੀ ਸਿਹਤ ਨਾਸਾਜ ਹੈ ਤੇ ਜੇ ਕਿਤੇ ਕਾਲਾ ਪੈਣ ਲੱਗ ਪਿਆ ਜਾਂ ਕਾਲਾ ਹੋ ਗਿਆ ਤਾਂ ਸਮਝ ਲਵੀਂ ਕਿ ਮੈਂ ਇਸ ਜਹਾਨੋਂ ਰੁਖਸਤ ਹੋ ਗਿਆ ਹਾਂ ਇੰਨੀ ਗੱਲ ਕਹਿ ਕੇ ਉਸਨੇ ਕਿਹਾ ਕਿ ਮੇਰਾ ਤਾਂ ਤੈਨੂੰ ਪਤਾ ਲੱਗ ਜਾਵੇਗਾ ਮੈਂ ਵੀ ਤਾਂ ਦਰ ਤੋਂ ਦੂਰ ਹੀ ਜਾ ਜਣ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਤੂੰ ਠੀਕ ਠਾਕ ਹੈ ਜਾਂ ਨਹੀਂ ਇਹ ਗੱਲ ਜਦੋਂ ਉਸ ਵਪਾਰੀ ਦੀ ਘਰਵਾਲੀ ਨੇ ਸੁਣੀ ਤਾਂ ਉਸਨੇ ਤੁਰੰਤ ਉਹਨਾਂ ਦੇ ਨਗਰ ਵਿੱਚਲੇ ਛੱਪੜ ਦੇ ਵਿੱਚੋਂ ਇੱਕ ਕਮਲ ਦਾ ਫੁੱਲ ਲਿਆ ਕੇ ਉਸਨੂੰ ਗੁਲਦਸਤੇ ਦੇ ਵਿੱਚ ਕਿਸੇ ਢੰਗ ਤਰੀਕੇ ਦੇ ਨਾਲ ਦੇ ਦਿੱਤਾ ਭੇਂਟ ਕਰ ਦਿੱਤਾ ਅਤੇ ਨਾਲ ਹੀ ਕਿਹਾ ਕਿ ਜਦੋਂ ਇਹ ਖਿੜਿਆ ਹੋਇਆ ਤਾਂ ਸਮਝ ਲਓ ਕਿ ਮੈਂ ਬਿਲਕੁਲ ਠੀਕ ਠਾਕ ਮੈਂ ਸਤਿ ਆਬਾ ਤੇ ਜੇ ਕਿਤੇ ਰੱਬ ਨੇ ਨਾ ਕੀਤਾ ਮੰਨ ਲਓ ਇਹ ਮਰ ਜਾ ਗਿਆ ਤਾਂ ਸਮਝ ਲਓ ਮੇਰੇ ਉੱਪਰ ਕੋਈ ਵੱਡੀ مصیبت ਆਣ ਪਈ ਹੈ ਇਸ ਵਾਰਤਾ ਲਾਭ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਤੋਂ ਇਜਾਜ਼ਤ ਲਈ ਤੇ ਉਸ ਨੇ ਅਲਵਿਦਾ ਕਿਹਾ ਆਪਣੇ ਜਿਹੜਾ ਉਸ ਨੇ ਸਫ਼ਰ ਤੇ ਨਿਕਲਣਾ ਸੀ ਉੱਥੇ ਚਲਾ ਗਿਆ ਕੁਝ ਦਿਨਾਂ ਦੇ ਸਫ਼ਰ ਮਗਰੋਂ ਉਹ ਉਸ ਰਾਜ ਵਿੱਚ ਪਹੁੰਚ ਗਿਆ ਉਸ ਰਾਜੇ ਦੇ ਦਰਬਾਰ ਜਿੱਥੇ ਉਸ ਨੇ ਇਸ ਵਾਰ ਵਪਾਰ ਕਰਨਾ ਸੀ ਉਸ ਦੀ ਚੰਗੀ ਆਉ ਭਗਤ ਹੋਈ ਅਗਲੇ ਦਿਨ ਰਾਜੇ ਨੇ ਆ ਕੇ ਉਸ ਦਾ ਜਦੂ ਸਮਾਨ ਦੇਖਿਆ ਹੀਰੇ ਜਵਾਹਰਾ ਦੇਖੇ ਉਹ ਬਹੁਤ ਖੁਸ਼ ਹੋਇਆ ਉਸ ਨੂੰ ਚੰਗਾ ਮੁਨਾਫਾ ਦਿੱਤਾ ਵਪਾਰੀ ਵੀ ਬਹੁਤ ਖੁਸ਼ ਹੋਇਆ ਉਹ ਜਦੋਂ ਰਾਜਾ ਉਸਮਾਨ ਦੇਖ ਰਿਹਾ ਸੀ ਹੀਰੇ ਜਵਾਹਰਾਤ ਤਾਂ ਅਚਾਨਕ ਉਸਦੀ ਨਜ਼ਰ ਉਸ ਗੁਲਦਸਤੇ ਤੇ ਪਈ ਉਸ ਗਮਲੇ ਤੇ ਪਈ ਜਿਹਦੇ ਵਿੱਚ ਉਹ ਕਮਲ ਦਾ ਫੁੱਲ ਸੀ ਤੇ ਉਹ ਖਿੜਿਆ ਹੋਇਆ ਸੀ ਉਸ ਰਾਜੇ ਨੇ ਆਪਣੇ ਮੰਤਰੀ ਨੂੰ ਕਿਹਾ ਹੈਰਾਨ ਹੁੰਦਿਆਂ ਕਿ ਇਹ ਬਹੁਤ ਅਚੰਭੇ ਦੀ ਗੱਲ ਹੈ ਕਿ ਜਿਹੜਾ ਇੱਕ ਕਮਲ ਦਾ ਫੁੱਲ ਹੁੰਦਾ ਹੈ ਉਹ ਤਾਂ ਗਾਰ ਵਿੱਚ ਖਿੜਦਾ ਹੈ ਜਿੱਥੇ ਚਿੱਕੜ ਹੁੰਦਾ ਹੈ ਜਿੱਥੇ ਨਮੀ ਹੁੰਦੀ ਹੈ ਜਿੱਥੇ ਪਾਣੀ ਹੁੰਦਾ ਹੈ ਉੱਥੇ ਖਿੜਦਾ ਹੈ ਇਹ ਗਮਲੇ ਦੇ ਵਿੱਚ ਕਿਵੇਂ ਖੜਿਆ ਹੋਇਆ ਹੈ ਇਹਦੇ ਵਿੱਚ ਜ਼ਰੂਰ ਕੋਈ ਰਾਜ ਦੀ ਗੱਲ ਹੈ ਪੁੱਛੋ ਇਸ ਤੋਂ ਉਸ ਵਜ਼ੀਰ ਨੇ ਉਸ ਮੰਤਰੀ ਨੇ ਢੰਗ ਤਰੀਕੇ ਨਾਲ ਉਸ ਤੋਂ ਪੁੱਛਿਆ ਕਿ ਭਾਈ ਇਸ ਦਾ ਕੀ ਭਾਅ ਹੈ ਇਹ ਕਿਸ ਮੁੱਲ ਵਿੱਚ ਨਾ ਸਾਡੇ ਰਾਜਾ ਜੀ ਨੂੰ ਪਸੰਦ ਹੈ ਤਾਂ ਗੋ ਉੱਤਰ ਮਿਲਿਆ ਕਿ ਨਹੀਂ ਜੀ ਇਹ ਵੇਚਣ ਲਈ ਨਹੀਂ ਹੈ ਇਹ ਮੇਰੇ ਦਿਲ ਦੇ ਬੜਾ ਕਰੀਬ ਹੈ ਦਰ ਅਸਲ ਇਹ ਮੇਰੀ ਘਰ ਵਾਲੀ ਨੇ ਮੈਨੂੰ ਦਿੱਤਾ ਹੈ ਤੋਹਫੇ ਵਜੋਂ ਹੁਣ ਰਾਜੇ ਨੇ ਖੁਦ ਆਪਣੇ ਮੂੰਹ ਇੱਕ ਵਾਰ ਗੁਜ਼ਾਰਿਸ਼ ਕੀਤੀ ਕਿ ਮੈਨੂੰ ਇਹ ਬਹੁਤ ਪਸੰਦ ਆਇਆ ਜੋ ਤੁਸੀਂ ਕੀਮਤ ਮੰਗਦੇ ਹੋ ਮੈਂ ਦੇਣ ਲਈ ਤਿਆਰ ਹਾਂ ਪਰ ਇਸ ਤਰ੍ਹਾਂ ਕਰੋ ਕਿ ਇਹ ਇਸ ਜਿਹੜਾ ਫੁੱਲ ਹੈ ਇਸ ਨੂੰ ਮੇਰੇ ਦਰਬਾਰ ਦੀ ਚੋਬਾ ਵਧਾਉਣ ਦੇ ਲਈ ਇੱਥੇ ਰੱਖ ਦਿਓ ਅਗੋਂ ਉਸ ਅਕਲਮੰਦ ਕਾਮਯਾਬ ਵਪਾਰੀ ਨੇ ਨਿਮਰਤਾ ਦੇ ਨਾਲ ਜਵਾਬ ਦਿੱਤਾ ਕਿ ਨਹੀਂ ਮੈਂ ਇਹ ਵੇਚ ਨਹੀਂ ਸਕਦਾ ਜੇ ਇਹ ਵੈਸੇ ਹੁੰਦਾ ਤਾਂ ਮੈਂ ਤੁਹਾਨੂੰ ਭੇਟ ਵੀ ਕਰ ਦਿੰਦਾ ਪਰ ਇਸ ਦੇ ਨਾਲ ਮੇਰਾ ਬੜਾ ਲगाव ਹੈ ਇਹ ਮੇਰੀ ਘਰਵਾਲੀ ਨੇ ਮੈਨੂੰ ਦਿੱਤਾ ਹੈ ਇਸ ਦੇ ਵਿੱਚ ਕਈ ਰਾਜ ਹਨ ਇਸ ਕਰਕੇ ਮੈਂ ਨਾ ਤਾਂ ਤੁਹਾਨੂੰ ਭੇਟ ਕਰ ਸਕਦਾ ਹਾਂ ਨਾ ਹੀ ਮੈਂ ਵੇਚ ਸਕਦਾ ਹਾਂ ਹੁਣ ਜਦੋਂ ਉਸ ਨੂੰ ਆਰਾਮ ਕਰਨ ਦੇ ਲਈ ਭੇਜ ਦਿੱਤਾ ਵਪਾਰੀ ਨੂੰ ਰਾਜੇ ਨੇ ਮੰਤਰੀ ਨੂੰ ਆਪਣੇ ਕੋਲ ਬੁਲਾਇਆ ਮੰਤਰੀ ਨੂੰ ਪਤਾ ਸੀ ਉਹ ਰਾਜੇ ਦੀ ਰਗ ਰਗ ਤੋਂ ਵਾਕਿਫ ਸੀ ਹੁਣ ਰਾਜੇ ਨੇ ਉਸ ਨੂੰ ਕਿਹਾ ਕਿ ਮੈਂ ਇਸ ਵਪਾਰੀ ਦੀ ਇਸ ਇਨਸਾਨ ਦੀ ਘਰ ਵਾਲੀ ਨੂੰ ਮਿਲਣਾ ਚਾਹੁੰਦਾ ਹਾਂ ਮੰਤਰੀ ਨੇ ਉਸ ਨੂੰ ਮਨਾ ਕਰ ਦਿੱਤਾ ਕਿ ਨਹੀਂ ਇਹ ਠੀਕ ਨਹੀਂ ਹੈ ਪਰ ਰਾਜੇ ਨੇ ਜਿੱਦ ਫੜ ਲਈ ਮੰਤਰੀ ਕਹਿੰਦਾ ਕਿ ਤੁਸੀਂ ਇਸ ਤਰ੍ਹਾਂ ਕਰੋ ਇਸ ਵਪਾਰੀ ਨੂੰ ਇੱਥੇ ਸੁਵਾਵਾਵਾਂ ਦਿਓ ਇੱਥੇ ਇਸ ਦਾ ਚੰਗਾ ਮੁਨਾਫਾ ਹੋਣ ਦਿਓ ਤਾਂ ਕਿ ਇਹ ਇੱਥੇ ਉਲਝਿਆ ਰਹੇ ਆਪਣੇ ਰਾਜ ਵਿੱਚ ਉਧਰੋਂ ਮੈਂ ਕੋਈ ਨਾ ਕੋਈ ਜੁਕਤਬੰਦੀ ਕਰਕੇ ਇਸ ਦੀ ਘਰ ਵਾਲੀ ਨੂੰ ਇੱਥੇ ਬੁਲਾ ਲੈਣਾ ਹ ਰਾਜੇ ਨੇ ਉਸੇ ਤਰ੍ਹਾਂ ਕੀਤਾ ਰਾਜੇ ਨੇ ਉਸ ਨੂੰ ਖੂਬ ਸਵਾਮਾਂ ਦਿੱਤੀਆਂ ਚੰਗਾ ਮੁਨਾਫਾ ਬਣਨ ਲੱਗ ਪਿਆ ਤੇ ਉਧਰ ਮੰਤਰੀ ਨੇ ਦੋ ਠੱਗ ਔਰਤਾਂ ਨੂੰ ਕਿਤੋਂ ਲਿਆ ਕੇ ਉਸ ਦੇ ਘਰ ਵੱਲ ਭੇਜ ਦਿੱਤਾ ਕਿ ਉਸ ਨੂੰ ਕਿਵੇਂ ਨਾ ਕਿਵੇਂ ਆਪਣੀਆਂ ਗੱਲਾਂ ਦੇ ਵਿੱਚ ਲਾ ਕੇ ਵਰਗਲਾ ਕੇ ਰਾਜ ਦਰਬਾਰ ਤੱਕ ਲਿਆਓ ਹੁਣ ਉਹ ਦੋ ਬੀਬੀਆਂ ਜਦੋਂ ਉਸ ਰਾਜ ਵਿੱਚ ਪਹੁੰਚੀਆਂ ਪਹਿਲਾਂ ਤਾਂ ਕਈ ਦਿਨਾਂ ਦਾ ਉਹਨਾਂ ਨੇ ਪੰਧ ਤੈ ਕੀਤਾ ਫਿਰ ਜਿਸ ਦਿਨ ਪਹੁੰਚੀਆਂ ਉਸ ਦਿਨ ਵੀ ਸ਼ਾਮ ਹੋ ਚੁੱਕੀ ਸੀ ਸੂਰਜ ਢਲ ਗਿਆ ਸੀ ਹਨੇਰਾ ਹੋ ਚੁੱਕਿਆ ਸੀ ਜਾ ਕੇ ਉਹਨਾਂ ਨੇ ਉਸ ਵਪਾਰੀ ਦਾ ਮਹਿਲ ਨੁਮਾ ਅਲਿਸ਼ਣ ਘਰ ਦਾ ਮੁੱਖ ਦਰਵਾਜ਼ਾ ਖੜਕਾਇਆ ਵਪਾਰੀ ਦੀ ਘਰਵਾਲੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਦੋ ਅਗਿਆਤ ਬੀਬੀਆਂ ਖੜੀਆਂ ਸਨ ਉਹਨਾਂ ਨੂੰ ਉਹਨਾਂ ਦਾ ਹਾਲਚਲ ਪੁੱਛ ਕੇ ਪੁੱਛਿਆ ਕਿ ਤੁਸੀਂ ਕੌਣ ਹੋ ਕਿੱਥੋਂ ਆਈਆਂ ਹੋ ਤੇ ਮੈਂ ਤੁਹਾਡੀ ਕੀ ਮਦਦ ਕਰ ਸਕਦੀ ਹਾਂ ਤਾਂ ਅੱਗੋਂ ਉੱਤਰ ਮਿਲਿਆ ਕਿ ਭਾਈ ਮੈਂ ਤੇਰੀ ਨਾਨੀ ਦੀ ਸੱਕੀ ਭੈਣ ਤੂੰ ਬਹੁਤ ਛੋਟੀ ਸੈਂ ਜਦੋਂ ਅਸੀਂ ਤੈਨੂੰ ਮਿਲਿਆ ਸਾਂ ਤੂੰ ਸ਼ਾਇਦ ਮੈਨੂੰ ਪਛਾਨਿਆ ਨਹੀਂ ਤੇ ਉਸਨੇ ਕਿਹਾ ਕਿ ਫਿਰ ਇਹ ਤੁਹਾਡੇ ਨਾਲ ਕੌਣ ਹੈ ਉਹ ਕਹਿੰਦੀ ਕਿ ਇਹ ਮੇਰੀ ਗਵੰਡਣ ਹੈ ਕਹਿੰਦੀ ਠੀਕ ਹੈ ਪਰ ਮੈਂ ਹੈਰਾਨ ਹਾਂ ਕਿ ਤੁਸੀਂ ਮੈਨੂੰ ਦੇਖਦੇ ਕਿਵੇਂ ਪਛਾਨ ਲਿਆ ਧਾਗੋ ਉੱਤਰ ਮਿਲਿਆ ਕਿ ਤੇਰੀ ਜਿਹੜਾ ਠੋਡੀ ਤੇ ਤਿਲ ਹੈ ਨਾ ਇਸ ਤੋਂ ਪਛਾਨ ਲਿਆ ਹੁਣ ਵਪਾਰੀ ਦੀ ਘਰ ਵਾਲੀ ਚੰਗੀ ਤਰ੍ਹਾਂ ਸਮਝ ਗਈ ਕਿ ਇਹ ਠੱਗ ਨੇ ਇਹ ਕੋਈ ਨਾ ਕੋਈ ਮਾੜਾ ਮਨਸੂਬਾ ਲੈ ਕੇ ਆਈਆਂ ਨੇ ਕਿਉਂਕਿ ਉਹ ਤਿਲ ਤਾਂ ਉਸਨੇ ਖੁਦ ਕੱਜਲ ਦੇ ਨਾਲ ਬਣਾਇਆ ਸੀ ਉਸਨੇ ਕਿਹਾ ਕਿ ਆਓ ਬੈਠੋ ਉਹਨਾਂ ਦਾ ਸਵਾਗਤ ਕਰਨ ਦਾ ਉਸਨੇ ਨਾਟਕ ਕੀਤਾ ਉਹਨਾਂ ਦਾ ਰੋਟੀ ਪਾਣੀ ਬਣਾਉਣ ਲੱਗੀ ਪਰ ਉਸਨੇ ਉਹਨਾਂ ਦੀ ਸਬਜ਼ੀ ਦੇ ਵਿੱਚ ਭੰਗ ਮਿਲਾ ਦਿੱਤੀ ਭੰਗ ਖਾ ਕੇ ਉਹ ਦੋਨੋਂ ਬੇਹੋਸ਼ ਹੋ ਗਈਆਂ ਜਦੋਂ ਵੀ ਉਹਨਾਂ ਨੂੰ ਜਾਗamਦੀ ਭੁੱਖ ਲੱਗੀ ਹੁੰਦੀ ਤਾਂ ਭੰਗਵੰਦੇ ਨਾਲ ਸਬੰਧਤ ਕੋਈ ਚੀਜ਼ ਉਹਨਾਂ ਨੂੰ ਖਿਲਾ ਦਿਆ ਕਰਦੀ ਸੋ ਇੱਧਰ ਬੜੇ ਦਿਨ ਲੰਘ ਗਏ ਰਾਜਾ ਤੇ ਵਜ਼ੀਰ ਨੇ ਸਮਝ ਲਿਆ ਕਿ ਉਹ ਬਹੁਤ ਜ਼ਿਆਦੀ ਸਿਆਣਪ ਵਾਲੀ ਹੋਵੇਗੀ ਉਹਨਾਂ ਨੇ ਉਹਨਾਂ ਦਾ ਕੋਈ ਦਾਅ ਨਹੀਂ ਚੱਲਣ ਦਿੱਤਾ ਹੁਣ ਵਜ਼ੀਰ ਨੇ ਕੀ ਕੀਤਾ ਦੋ ਠੱਗ ਬੰਦੇ ਉਸਤੇ ਘਰ ਭੇਜ ਦਿੱਤੇ ਉਹ ਠੱਗ ਬੰਦੇ ਜਾ ਕੇ ਬੂਆ ਖੜਕਾਉਂਦੇ ਨੇ ਸ਼ਾਮ ਦੇ ਵੇਲੇ ਕਹਿੰਦੇ ਨੇ ਕਿ ਭਾਈ ਤੇਰਾ ਘਰ ਵਾਲਾ ਸਖਤ ਬਿਮਾਰ ਹੈ ਆਖਰੀ ਸਾਹਾਂ ਤੇ ਹੈ ਉਹ ਤੈਨੂੰ ਮਿਲਦਾ ਇੱਛਕ ਹੈ ਤੇ ਤੂੰ ਜਾ ਕੇ ਉਹਨੂੰ ਮਿਲ ਲੈ ਉਹ ਕਹਿੰਦੀ ਠੀਕ ਹੈ ਹੁਣ ਹਨੇਰਾ ਹੋ ਗਿਆ ਤੁਸੀਂ ਆਓ ਤੁਸੀਂ ਰਾਤ ਕੱਟੋ ਆਪਾਂ ਸਵੇਰੇ ਚੱਲਦੇ ਹਾਂ ਉਹਨਾਂ ਨਾਲ ਵੀ ਉਸਨੇ ਉਹੋ ਜਿਹੀ ਵਿਰਤੀਆ ਕੀਤਾ ਵਿਵਹਾਰ ਕੀਤਾ ਉਹਨਾਂ ਨੂੰ ਵੀ ਭੰਗ ਵਾਲੀਆਂ ਚੀਜ਼ਾਂ ਖਲਾਈਆਂ ਤੇ ਉਸੇ ਕਮਰੇ ਦੇ ਵਿੱਚ ਉਹਨਾਂ ਨੂੰ ਵੀ ਕੈਦ ਕਰ ਦਿੱਤਾ ਹੁਣ ਰਾਜਾ ਤੇ ਵਜ਼ੀਰ ਨੇ ਫਿਰ ਕਈ ਦਿਨ ਇੰਤਜ਼ਾਰ ਕੀਤਾ ਤੇ ਖੁਦ ਫੈਸਲਾ ਕੀਤਾ ਰਾਜੇ ਨੇ ਕਿ ਮੈਂ ਖੁਦ ਜਾਣਾ ਹਾਂ ਰਾਜਾ ਤੇ ਵਜ਼ੀਰ ਕੁਝ ਸਪਾਹੀਆਂ ਨੂੰ ਨਾਲ ਲੈ ਕੇ ਚੱਲ ਪਏ ਉਸ ਤੇ ਕਰੇ ਜਾ ਕੇ ਦਰਵਾਜ਼ਾ ਖੜਕਾਉਂਦੇ ਨੇ ਉਹ ਦਰਵਾਜ਼ਾ ਖੋਲਦੀ ਹੈ ਤਾਂ ਪੁੱਛਦੇ ਨੇ ਕਿ ਸਿਵਾਪਾਰੀ ਦੀ ਘਰਵਾਲੀ ਨੂੰ ਮਿਲਣਾ ਹੈ ਤਾਂ ਕਹਿੰਦੀ ਹੈ ਕਿ ਮੈਂ ਤਾਂ ਦਾਸੀ ਹਾਂ ਤੁਸੀਂ ਆਓ ਬੈਠੋ ਕੁਝ ਸਮਾਂ ਇੱਥੇ ਗੁਜ਼ਾਰੋ ਤੇ ਫਿਰ ਉਹ ਤੁਹਾਨੂੰ ਮਿਲ ਪਵੇਗੀ ਉਹ ਜਦੋਂ ਵੀ ਉਹਨਾਂ ਦੀ ਆਉ ਭਗਤਲੀ ਕੁਛ ਨਾ ਕੁਛ ਲੈ ਕੇ ਆਉਂਦੀ ਉਹ ਆਪਣੇ ਵਸਤਰ ਬਦਲ ਕੇ ਆਉਂਦੀ ਇਸ ਤਰੀਕੇ ਨਾਲ ਤਿੰਨ ਵਾਰ ਉਹ ਵਸਤਰ ਬਦਲ ਕੇ ਆਈ ਵਜ਼ੀਰ ਦੇ ਮਨ ਵਿੱਚ ਬੜੇ ਚਿਰਦਾ ਸਵਾਲ ਚੱਲ ਰਿਹਾ ਸੀ ਉਸਨੇ ਆਖਰ ਪੁੱਛ ਹੀ ਲਿਆ ਜਦੋਂ ਤੀਜੀ ਵਾਰ ਉਹ ਵਸਤਰ ਬਦਲ ਕੇ ਆਈ ਕਿ ਇਸ ਇਨਸਾਨ ਕੋਲੇ ਕਿੰਨੀਆਂ ਦਾਸੀਆਂ ਨੇ ਉਹ ਕਹਿੰਦੀ ਹੈ ਕਿ ਦਾਸੀਆਂ ਤਿੰਨ ਹੀ ਹਨ ਅਸੀਂ ਤਿੰਨੇ ਸਖੀਆਂ ਪੈਣਾ ਹਾਂ ਅਸੀਂ ਜੁੜਵਾ ਹਾਂ ਵਜ਼ੀਰ ਹੈਰਾਨ ਵੀ ਹੋਇਆ ਤੇ ਨਾਲ ਦੀ ਨਾਲ ਉਸਨੇ ਸੋਚਿਆ ਕਿ ਅਕਲ ਵਾਲੀ ਲੋਕ ਨੇ ਕੋਈ ਨਾ ਕੋਈ ਇਸ ਦੇ ਵਿੱਚ ਵੀ ਰਾਜ ਹੋਵੇਗਾ ਫਿਰ ਉਸਨੇ ਕਿਹਾ ਕਿ ਜਾਓ ਬੁਲਾਓ ਸਾਨੂੰ ਬਹੁਤ ਜ਼ਰੂਰੀ ਕੰਮ ਹੈ ਉਸ ਨੂੰ ਅਸੀਂ ਕੋਈ ਅਹੁਦਾ ਵੀ ਦੇਣਾ ਹੈ ਵਪਾਰੀ ਦੀ ਘਰ ਵਾਲੀ ਨੂੰ ਅਸੀਂ ਨਾਲ ਲੈ ਕੇ ਜਾਣਾ ਹੈ ਉਹ ਦਾਸੀ ਬਣੀ ਹੋਈ ਸੀ ਉਹ ਅੰਦਰ ਜਾ ਕੇ ਵਾਪਸ ਮੜਾਉਂਦੀ ਹੈ ਵਾਪਸ ਪਰਤ ਕੇ ਆ ਕੇ ਉੱਤਰ ਦਿੰਦੀ ਹੈ ਕਿ ਦੇਖੋ ਵਪਾਰੀ ਦੀ ਘਰ ਵਾਲੀ ਕਹਿੰਦੀ ਹੈ ਕਿ ਮੈਂ ਜਾਣ ਲਈ ਤਿਆਰ ਹਾਂ ਪਰ ਮੈਂ ਤਨਾ ਦਾਸੀਆਂ ਨੂੰ ਨਾਲ ਲੈ ਕੇ ਜਾਵਾਂਗੀ ਤੇ ਨਾਲ ਦੀ ਨਾਲ ਇੱਕ ਚਾਰੇ ਪਾਸਿਓਂ ਬੰਦ ਡੋਲੀ ਵੀ ਲੈ ਕੇ ਆਉ ਉਹ ਡੋਲੀ ਦੇ ਵਿੱਚ ਬੈਠ ਕੇ ਜਾਵੇਗੀ ਤੇ ਉਹ ਆਪਣੀ ਸ਼ਕਲ ਉੱਥੇ ਰਾਜ ਦਰਬਾਰ ਜਾ ਕੇ ਵਿਖਾਵੇਗੀ ਉਸ ਤੋਂ ਪਹਿਲਾਂ ਸ਼ਕਲ ਨਹੀਂ ਦਿਖਾਵੇਗੀ ਉਹਨਾਂ ਸਾਰਾ ਕੁਝ ਉਸੇ ਤਰ੍ਹਾਂ ਕੀਤਾ ਹੁਣ ਉਸ ਔਰਤ ਨੇ ਵਪਾਰੀ ਦੀ ਘਰ ਵਾਲੀ ਨੇ ਉਹ ਚਾਰੇ ਠੱਗਾ ਨੂੰ ਉਸ ਡੋਲੀ ਦੇ ਵਿੱਚ ਬਿਠਾ ਦਿੱਤਾ ਜਦੋਂ ਉਹ ਦਰਬਾਰ ਪਹੁੰਚੀ ਤਾਂ ਉਸ ਨੂੰ ਉਹਨਾਂ ਨੇ ਫਿਰ ਦੇਖਿਆ ਕਿ ਸਾਨੂੰ ਫਿਰ ਇੱਕ ਵਾਰੀ ਉਸਨੇ ਆਪਣੀ ਅਕਲ ਦੇ ਨਾਲ maat ਦੇ ਦਿੱਤੀ ਵਜ਼ੀਰ ਨੇ ਨਵਾਂ ਢੰਗ ਸੋਚਿਆ ਵਜ਼ੀਰ ਨੇ ਰਾਜੇ ਨੂੰ ਕਿਹਾ ਕਿ ਇਸ ਨੂੰ ਇੱਥੇ ਆਉਦਾ ਦੇ ਦੇ ਇੱਥੇ ਚੰਗਾ ਕਾਰੋਬਾਰ ਦੇ ਦੇ ਚੰਗਾ ਘਰ ਬਣਾ ਕੇ ਦੇ ਦੇ ਇੱਥੇ ਮਹਿਲ ਛੱਤ ਦੇ ਸਾਰਾ ਕੁਝ ਉਸੇ ਤਰ੍ਹਾਂ ਹੋਇਆ ਤੇ ਹੁਣ ਆਖਰਕਾਰ ਉਸ ਵਪਾਰੀ ਦੀ ਘਰ ਵਾਲੀ ਨੂੰ ਇੱਥੇ ਆਉਣਾ ਹੀ ਪਿਆ ਇੱਥੇ ਆ ਕੇ ਰਹਿਣ ਲੱਗੀ ਤੇ ਵਜ਼ੀਰ ਨੇ ਉਸ ਨੂੰ ਨਵੀਂ ਯੁਕਤ ਦੇ ਦਿੱਤੀ ਕਹਿੰਦਾ ਇਸ ਨੂੰ ਇੱਕ ਔਖਾ ਸਵਾਲ ਪਾ ਕੇ ਕਿਸੇ ਹੋਰ ਪਾਸੇ ਨੂੰ ਤੋਰ ਦੇ ਤੇ ਫਿਰ ਇਹਦੇ ਕਰੇ ਜਾ ਕੇ ਤੂੰ ਕਿਸੇ ਵੀ ਬਹਾਨੇ ਚਲਾ ਜਾਵੇਂ ਕਿ ਮੈਂ ਭੋਜਨ ਕਰਨਾ ਹੈ ਜਾਂ ਕੁਝ ਵੀ ਇਸੇ ਤਰ੍ਹਾਂ ਹੀ ਹੋਇਆ ਉਸ ਵਪਾਰੀ ਨੂੰ ਉਸਨੇ ਵਜ਼ੀਰ ਬਣਾ ਲਿਆ ਤੇ ਉਸ ਨੂੰ ਇੱਕ ਦਿਨ ਇੱਕ ਸਵਾਲ ਪਾ ਦਿੱਤਾ ਕਿ ਤੂੰ ਅੱਜ ਕੋਈ ਐਸਾ ਪੰਛੀ ਲੱਭ ਕੇ ਲਿਆ ਕਿ ਜਿਹਦੇ ਵਿੱਚੋਂ ਸ਼ਹਿਦ ਚੁੰਦਾ ਹੋਵੇ ਇਹ ਸਵਾਲ ਲੈ ਕੇ ਉਹ ਪਹਿਲਾਂ ਆਪਣੇ ਘਰ ਗਿਆ ਬਹੁਤ ਉਦਾਸ ਦੇਖਿਆ ਜਦੋਂ ਵਪਾਰੀ ਦੀ ਘਰ ਵਾਲੀ ਨੇ ਉਸਨੇ ਪੁੱਛਿਆ ਤਾਂ ਉਸਨੇ ਸਾਰੀ ਗਾਥਾ ਉਸ ਨੂੰ ਸੁਣਾ ਦਿੱਤੀ ਉਹ ਕਹਿੰਦੀ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਇਸ ਤਰ੍ਹਾਂ ਕਰੂ ਕਿ ਐਸ ਕਮਰੇ ਦੇ ਵਿੱਚ ਦੋ ਡੂੰਘੇ ਖੱਡੇ ਪੱਟ ਦਿਓ ਐਨੇ ਡੂੰਘੇ ਕਿ ਇੱਕ ਬੰਦਾ ਉਹਨਾਂ ਦੇ ਵਿੱਚ ਪੂਰਾ ਸਮਾ ਸਕੇ ਉਸਨੇ ਡੂੰਘੇ ਖੱਡੇ ਪੱਟ ਦਿੱਤੇ ਇੱਕ ਨੂੰ ਕਹਿੰਦੀ ਤੁਸੀਂ ਖੰਭਾਂ ਦੇ ਨਾਲ ਪਰ ਦਿਓ ਵੱਖ-ਵੱਖ ਪੰਛੀਆਂ ਦੇ ਖੰਭ ਲੈ ਆਓ ਉਸਨੇ ਉਸੇ ਤਰ੍ਹਾਂ ਕੀਤਾ ਤੇ ਦੂਜੇ ਨੂੰ ਵਪਾਰੀ ਦੀ ਘਰ ਵਾਲੀ ਨੇ ਖੁਦ ਖੰਡ ਦੀ ਝਾਣੀ ਬਣਾ ਕੇ ਉਹਦੇ ਨਾਲ ਪਰ ਦਿੱਤਾ ਦੇ ਨਾਲ ਹੀ ਤਾਕੀਦ ਕੀਤੀ ਕਿ ਕੱਲ ਸ਼ਾਮ ਨੂੰ ਤੁਸੀਂ 10:00 ਵਜੇ ਘਰੇ ਪਰਤਣਾ ਹੈ ਤੇ ਆ ਕੇ ਇਹ ਅਖਣਾ ਕਿ ਮੈਂ ਆਪਣੀ ਤਲਵਾਰ ਭੁੱਲ ਗਿਆ ਸਾਂ ਉਹ ਲੈਣ ਆਇਆ ਉਸ ਨੂੰ ਪਤਾ ਸੀ ਰਾਜਾ ਆਵੇਗਾ ਇਸੇ ਤਰ੍ਹਾਂ ਹੋਇਆ ਅਗਲੇ ਦਿਨ ਸ਼ਾਮ ਨੂੰ ਰਾਜਾ ਉਹਨਾਂ ਦੇ ਘਰ ਆ ਗਿਆ ਤੇ ਜਦੋਂ ਉਹ ਆਇਆ ਉਦੋਂ ਹੀ ਉਸ ਨੂੰ ਪਿੱਛੋਂ ਆਵਾਜ਼ ਆਈ ਉਸ ਵਪਾਰੀ ਦੀ ਉਹ ਕਹਿੰਦਾ ਕਿ ਮੈਂ ਵਾਪਸ ਆ ਰਿਹਾ ਮੈਂ ਆਪਣੀ ਤਲਵਾਰ ਭੁੱਲ ਗਿਆ ਸਾਂ ਫਿਰ ਮੈਂ ਉਹ ਪੰਛੀ ਲੱਭਣ ਜਾਵਾਂਗਾ ਹੁਣ ਰਾਜਾ ਡਰ ਗਿਆ ਰਾਤ ਦਾ ਵੇਲਾ ਵਪਾਰੀ ਕੀ ਸੋਚੇਗਾ ਕਿ ਮੈਂ ਇਸ ਦੇ ਘਰ ਕੀ ਕਰ ਰਿਹਾ ਹਾਂ ਉਸਨੇ ਗੁਜ਼ਾਰਿਸ਼ ਕੀਤੀ ਵਪਾਰੀ ਦੀ ਘਰਵਾਲੀ ਨੂੰ ਕਿ ਮੈਂ ਕਿਸੇ ਕੰਮ ਆਇਆ ਸਮੇਂ ਤੁਹਾਨੂੰ ਕੰਮ ਬਾਅਦ ਵਿੱਚ ਦੱਸਾਂਗਾ ਪਰ ਮੈਂ ਨਹੀਂ ਚਾਹੁੰਦਾ ਕਿ ਵਪਾਰੀ ਮੈਨੂੰ ਦੇਖੇ ਮੈਨੂੰ ਮਾਫ਼ ਕਰਨਾ ਮੈਨੂੰ ਕਿਸੇ ਵੀ ਤਰੀਕੇ ਨਾਲ ਹੁਣ ਇੱਥੇ ਲਕੋ ਲਵੋ ਵਪਾਰੀ ਦੀ ਘਰਵਾਲੀ ਨੇ ਉਸ ਚਾਹਣੀ ਨਾਲ ਭਰੇ ਹੋਏ ਖੱਡੇ ਵੱਲ ਇਸ਼ਾਰਾ ਕਰਦੇ ਆ ਕਿ ਇੱਥੇ ਖੱਡਾ ਹੈ ਇਸ ਦੇ ਵਿੱਚ ਚੁੱਪਚਾਪ ਕਰਕੇ ਬੈਠ ਜਾ ਉਹ ਖੰਡ ਦੀ ਚਾਹਣੀ ਵਾਲੇ ਖੱਡੇ ਦੇ ਵਿੱਚ ਚੁੱਪਚਾਪ ਬੈਠ ਗਿਆ ਵਪਾਰੀ ਵਾਪਸ ਹੀ ਪਰਤ ਰਿਹਾ ਸੀ ਕਿ ਉਧਰੋਂ ਰਾਜਾ ਬਾਹਰ ਆਉਣ ਲੱਗਾ ਜਿਵੇਂ ਹੀ ਉਹ ਬਾਹਰ ਆਇਆ ਤਾਂ ਉਸ ਵਪਾਰੀ ਦੀ ਘਰ ਵਾਲੀ ਨੇ ਉਸ ਨੂੰ ਖੱਡੇ ਵੱਲ ਦੂਜੇ ਖੱਡੇ ਵੱਲ ਜਿਹੜਾ ਖੰਭਾਂ ਦਾ ਪਰਿਆ ਹਸੀ ਉਧਰ ਵੱਲ ਨੂੰ ਤੱਕਾ ਦੇ ਦਿੱਤਾ ਤੇ ਨਾਲ ਦੀ ਨਾਲ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਪੰਛੀ ਲੱਭ ਗਿਆ ਪੰਛੀ ਲੱਭ ਗਿਆ ਵਪਾਰੀ ਵਾਪਸ ਪਰਤ ਆਇਆ ਉਸਨੇ ਰਾਜੇ ਨੂੰ ਬਾਹਾਂ ਫੜਿਆ ਤੇ ਰਾਜ ਦਰਬਾਰ ਜਾ ਕੇ ਉਸਨੇ ਸਿਪਾਹੀਆਂ ਦੇ ਸਾਹਮਣੇ ਉਸ ਮੰਤਰੀ ਨੂੰ ਫੜਾ ਦਿੱਤਾ ਕਿ ਆਹ ਰਾਜਾ ਨੇ ਮੈਨੂੰ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਕ ਪੰਛੀ ਲੱਭਣ ਲਈ ਕਿਹਾ ਸੀ ਦੇਖੋ ਬਹੁਤ ਸੁੰਦਰ ਖੰਭ ਨੇ ਭਾਂਤ ਭਾਂ ਦੇ ਖੰਭ ਨੇ ਤੇ ਦੇਖੋ ਇਹਦੇ ਵਿੱਚੋਂ ਸ਼ਾਇਦ ਵੀ ਚੋਰਿਆ ਮంత్రి ਨੂੰ ਤਾਂ ਪਤਾ ਸੀ ਕਿਉਂਕਿ ਸਾਰੀ ਸਕੀਮ ਉਸਦੀ ਸੀ ਉਸਨੇ ਚੁੱਪਚਾਪ ਉਸ ਨੂੰ ਫੜ ਲਿਆ ਉਸ ਨੂੰ ਅੰਦਰ ਨੂੰ ਲੈ ਗਿਆ ਅਗਲੇ ਦਿਨ ਪਰੇ ਦਰਬਾਰ ਦੇ ਵਿੱਚ ਜਦੋਂ ਵਪਾਰੀ ਆਇਆ ਤਾਂ ਉਸਨੇ ਆ ਕੇ ਰਾਜੇ ਨੂੰ ਸਵਾਲ ਕੀਤਾ ਕਿ ਮੈਂ ਪੰਛੀ ਫੜ ਲਿਆ ਸੀ ਉਮੀਦ ਹੈ ਤੁਸੀਂ ਦੇਖ ਲਿਆ ਹੋਵੇਗਾ ਰਾਜੇ ਨੇ ਹਾਂ ਦੇ ਵਿੱਚ ਸਿਰ ਹਲਾ ਦਿੱਤਾ ਫਿਰ ਵਪਾਰੀ ਨੇ ਕਿਹਾ ਕਿ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਮੈਨੂੰ ਚੰਗਾ ਅਹੁਦਾ ਦੇ ਦਿਓਗੇ ਰਾਜੇ ਨੇ ਕਿਹਾ ਠੀਕ ਹੈ ਮੈਂ ਤੁਹਾਨੂੰ ਚੰਗਾ ਅਹੁਦਾ ਦੇਣਾ ਹਾਂ ਇਸ ਉਪਰੰਤ ਉਹ ਕਹਿੰਦਾ ਕਿ ਮੇਰੀ ਘਰ ਵਾਲੀ ਦੀ ਇੱਛਾ ਹੈ ਕਿ ਤੁਸੀਂ ਇੱਕ ਦਿਨ ਭੋਜਨ ਕਰਨ ਲਈ ਆਓ ਇਸ ਤੋਂ ਪਹਿਲਾਂ ਕਿ ਰਾਜਾ ਬੋਲਦਾ ਉੱਥੇ ਮੰਤਰੀ ਬੋਲ ਪਿਆ ਕਿ ਰਾਜਾ ਹੁਣ ਠੀਕ ਨਹੀਂ ਹੁਣ ਰਾਜੇ ਨੇ ਫੈਸਲਾ ਕੀਤਾ ਹੈ ਕਿ ਉਹ ਕਦੀ ਵੀ ਕਿਸੇ ਦੇ ਘਰ ਨਾ ਪੂਜਨ ਕਰਨੀ ਜਾਵੇਗਾ ਨਾ ਹੀ ਕਿਸੇ ਨੂੰ ਮੇਲ ਮਲਾਪ ਲਈ ਜਾਵੇਗਾ ਜਿਸ ਨੇ ਆ ਕੇ ਮਿਲਣਾ ਹੋਵੇਗਾ ਉਹ ਰਾਜ ਦਰਬਾਰ ਆ ਕੇ ਮਿਲੇਗਾ ਸੋ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਸਾਨੂੰ ਇੱਕ ਬਹੁਤ ਵੱਡੀ ਸਿੱਖਿਆ ਦਿੰਦਾ ਹੈ ਸਭ ਤੋਂ ਪਹਿਲੀ ਤਾਂ ਇਹ ਕਿ ਕਦੇ ਵੀ ਮੁਸੀਬਤ ਆਣ ਪਵੇ ਇੱਕ ਵਾਰੀ ਆਵੇ ਜਾਂ ਕਈ ਵਾਰੀ ਆਵੇ ਅਸੀਂ ਘਬਰਾਈਏ ਨਾ ਅਸੀਂ ਮੁਸੀਬਤ ਦੇ ਵਿੱਚ ਜੇ ਘਬਰਾਉਣਾ ਛੱਡ ਦਿੱਤਾ ਤਾਂ ਮੁਸੀਬਤ ਸਦਾ ਕੁਝ ਵੀ ਵਿਗਾੜ ਨਹੀਂ ਸਕੇਗੀ ਤੇ ਦੂਜੀ ਗੱਲ ਇਹ ਕਿ ਸਾਡੇ ਉੱਪਰ ਜਦੋਂ ਵੀ ਬੁਰਾ ਵਕਤ ਆਉਂਦਾ ਹੈ ਮਾੜਾ ਦੌਰ ਆਉਂਦਾ ਹੈ ਅਸੀਂ ਦਿਮਾਗ ਚਲਾਉਂਦਾ ਹਮੇਸ਼ਾ ਮਨ ਵਿੱਚ ਖਿਆਲ ਰੱਖਿਆ ਕਰੀਏ ਜਦੋਂ ਦਿਮਾਗ ਦੇ ਘੂੜੇ ਦੌੜਦੇ ਨੇ ਉਹਦੇ ਅੱਗੇ ਦੁਨੀਆ ਦੀ ਹਰ ਇੱਕ ਚੀਜ਼ ਅਸਫਲ ਹੋ ਜਾਂਦੀ ਹੈ ਸੋ ਕਦੇ ਵੀ ਘਬਰਾਓ ਨਾ ਤੇ ਦਿਮਾਗ ਨੂੰ ਹਮੇਸ਼ਾ ਚੱਲਦਾ ਰੱਖੋ